ਡਾਕਟਰ ਅੰਕੁਰ ਗੁਪਤਾ IPS ਨੇ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਮੋਗਾ ਦੇ ਵਜੋਂ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਅਹੁਦਾ ਸੰਭਾਲਣ ਦੇ ਦੌਰਾਨ ਬਾਕੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ। ਇਸ ਮੌਕੇ ਡਾਕਟਰ ਅੰਕੁਰ ਗੁਪਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਸਭ ਨੂੰ ਇਹ ਆਸ਼ਵਾਸਨ ਦਿੱਤਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਮਿਹਨਤ ਤੇ ਇਮਾਨਦਾਰੀ ਦੇ ਨਾਲ ਨਿਭਾਉਣਗੇ। ਇਸ ਮੌਕੇ ਉਹਨਾਂ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਗੱਲਬਾਤ ਕੀਤੀ। ਉਹਨਾਂ ਦਾ ਕਹਿਣਾ ਸੀ ਕਿ ਮਾਨ ਸਰਕਾਰ ਦੇ ਵੱਲੋਂ ਜਿਹੜੇ ਨਿਰਦੇਸ਼ ਉਹਨਾਂ ਨੂੰ ਦਿੱਤੇ ਗਏ ਨੇ ਉਹ ਉਹਨਾਂ ਦੀ ਪਾਲਣਾ ਕਰਨਗੇ ਅਤੇ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੀਆਂ ਸੰਪੱਤੀਆਂ ਨੂੰ ਵੀ ਜ਼ਬਤ ਕੀਤਾ ਜਾਵੇਗਾ ਅਤੇ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਸਰ, ਅੱਜ ਮੋਗਾ ਦਾ ਤੁਸੀਂ ਜਿਹੜਾ ਅਹੁਦਾ ਸੰਭਾਲਿਆ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਅੱਗੇ ਕੀ ਜ਼ਿੰਮੇਵਾਰੀ ਤੁਸੀਂ ਅਦਾ ਕਰੋਗੇ ਮੋਗੇ ਦੀ? ਜੀ, ਮੇਰੇ ਵੱਲੋਂ ਅੱਜ ਬਤੌਰ SSP ਮੋਗਾ ਦਾ ਚਾਰਜ ਸੰਭਾਲਿਆ ਗਿਆ ਕਿ ਉਹ ਮੇਰੀ ਇਹੀ ਸਾਡੀ ਪ੍ਰਾਇਰਟੀ ਰਹੂਗੀ ਜੋ ਮਾਨਯੋਗ CM ਸਾਹਿਬ, ਸਾਡੇ DG ਪੰਜਾਬ ਸ਼੍ਰੀ ਗੌਰਵ ਯਾਦਵ ਸਾਹਿਬ, IPS ਦੀ ਸਾਡੀ ਦਿਸ਼ਾ ਨਿਰਦੇਸ਼ ਨੇ ਕਿ ਜਿਹੜਾ ਡਰੱਗਜ਼ ਦੇ ਉੱਤੇ ਕੰਮ ਹੈਗਾ, ਐਂਟੀ ਡਰੱਗ ਜਿਹੜਾ ਐਕਸ਼ਨ ਹੈਗਾ ਜ਼ਿਲ੍ਹੇ ਵੱਲੋਂ, ਉਹ ਜਾਰੀ ਰਹੇਗਾ। ਇਹਦੇ ਨਾਲ ਹੀ ਜਿਹੜਾ ਸਾਰਾ ਲੋਕਾਂ ਲਈ ਪਬਲਿਕ ਡੀਲਿੰਗ ਹੈਗੀ ਹੈ, ਲੋਕਾਂ ਦੀ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਉਣ ਦਾ, ਨਾਲ ਹੀ ਨਾਲ ਜਿਹੜਾ ਲਾਅ ਐਂਡ ਆਰਡਰ ਦੇ ਜ਼ਿਲ੍ਹੇ ਦੇ ਵਿੱਚ ਮੇਨਟੇਨ ਕਰਨ ਦਾ ਉਹ ਸਾਡਾ ਜਿਹੜਾ ਮੁੱਖ ਮੰਤਵ ਰਹੇਗਾ। ਜਿਹੜੇ ਕੋਈ ਵੀ ਆਪਰੇਸ਼ਨ ਹੈ, ਭਾਵੇਂ ਗੈਂਗਸਟਰ ਦੇ ਖਿਲਾਫ ਹੈ, ਕ੍ਰਾਈਮ ਦੇ ਅਗੇਂਸਟ ਜਿਹੜਾ ਹੈਗਾ ਹੈ, ਪ੍ਰੀਵੈਂਸ਼ਨ ਐਂਡ ਡਿਟੈਕਸ਼ਨ, ਇਹ ਸਾਰੀ ਜਿਹੜੀ ਸਾਡੀ ਮੇਨ ਪ੍ਰਾਇਰਟੀਜ਼ ਰਹਿੰਦੀਆਂ। ਸਰ, ਮੋਗਾ ਦੇ ਵਿੱਚ ਜਿਵੇਂ ਦੌਲੇ ਵਾਲਾ ਮੇਨ ਮੁੱਖ ਜਿਹੜਾ ਡਰੱਗਸ ਦਾ ਹੱਬ ਮੰਨਿਆ ਜਾਂਦਾ, ਉਸ ਨੂੰ ਲੈ ਕੇ ਅੱਗੇ ਕਾਰਵਾਈ ਕੀਤੀ ਜਾਏਗੀ ਜਾਂ ਕਿਸ ਤਰ੍ਹਾਂ ਹੈ? ਬਿਲਕੁਲ ਜੀ, ਜਿਹੜੇ ਸਾਡੇ ਸਾਰੇ ਹੌਟਸਪੋਟਸ ਹੈ, ਜਿਵੇਂ ਤੁਸੀਂ ਕਿਹਾ ਫੂਡ ਵੀ ਜਿਹੜੇ ਹੌਟਸਪੋਟਸ ਹੈ, ਉਸਦੇ ਉੱਤੇ ਜਿਹੜੀ ਸਾਡੀ ਅਸੀਂ ਚੌਕਆਊਟ ਕਰਾਂਗੇ ਪਲੈਨ, ਅਤੇ ਉਹਦੇ ਖਿਲਾਫ਼ ਅਸੀਂ ਜਿਹੜਾ ਹੈਗਾ ਐਕਸ਼ਨ ਵੀ ਲਵਾਂਗੇ, ਰੇਡ ਵੀ ਕੰਡਕਟ ਕਰਾਂਗੇ। ਨਾਲ ਜਿਹੜਾ ਜਿਵੇਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ NDPS ਦੇ ਜਿਹੜੇ ਸਮੱਗਲਰਸ, ਉਹਨਾਂ ਦੀ ਪ੍ਰੋਪਰਟੀ ਅਟੈਚਮੈਂਟ ਦੀ ਵੀ ਕਾਰਵਾਈ ਬੜੀ ਤੇਜ਼ੀ ਨਾਲ ਚੱਲ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਵੀ, ਉਸ ਤਰ੍ਹਾਂ ਵੀ ਰਿਵਿਊ ਕਰਕੇ ਉਹ ਵੀ ਕੀਤਾ ਜਾਏਗਾ। ਸਰ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਦਾ ਜਿਹੜਾ ਲਾਅ ਐਂਡ ਆਰਡਰ ਨੂੰ ਲੈ ਕੇ ਜਿਹੜੀਆਂ ਸਨੈਚਿੰਗਸ ਆ ਜਾਂ ਮਰਡਰਸ ਹੋ ਰਹੇ ਆ ਜਾਂ ਦੁਕਾਨਦਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਉਸ ਨੂੰ ਲੈ ਕੇ ਮੌਕੇ 'ਚ ਤੁਸੀਂ ਕੀ ਕਰੋਗੇ? ਬਿਲਕੁਲ ਜੀ, ਉਹਦੇ ਵਿੱਚ ਵੀ ਇੱਕ ਤਾਂ ਜਿਹੜੀ ਵਿਜੀਬਿਲਿਟੀ ਆਫ ਫੋਰਸ ਹੈਗੀ ਹੈ, ਪ੍ਰੈਜੈਂਸ ਆਫ ਫੋਰਸ ਹੈ, ਤਾਂ ਕਿ ਜਿਹੜੇ ਆਮ ਲੋਕ ਹੈ, ਆਮ ਨਾਗਰਿਕ ਹੈਗੇ ਨੇ, ਉਹਨਾਂ 'ਚ ਸੈਂਸ ਆਫ ਸਿਕਿਉਰਿਟੀ ਆਵੇ, ਅਤੇ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈ, ਕੋਈ ਬੈਡ ਐਲੀਮੈਂਟਸ ਹੈ, ਉਹਨਾਂ ਨੂੰ ਇੱਕ ਡੈਟਰੈਸ ਪੈਦਾ ਹੋਵੇ, ਉਹਦੇ ਲਈ ਜਿਹੜੀ ਵਿਜੀਬਿਲਿਟੀ ਆਫ ਫੋਰਸ ਔਨ ਗਰਾਊਂਡ ਹੈ, ਉਹਨੂੰ ਇੰਪਰੂਵ ਕਰਨ ਦੀ ਹਰ ਹਾਲਤ 'ਚ ਕੋਸ਼ਿਸ਼ ਕੀਤੀ ਜਾਏ। ਸਰ, ਜਿਹੜੇ ਸ਼ਰਾਰਤੀ ਅਨਸਰ ਮਾਹੌਲ ਖਰਾਬ ਕਰ ਰਹੇ, ਉਹਨਾਂ ਨੂੰ ਕੀ ਮੈਸੇਜ ਦਿੰਦੇ ਹੋ? ਮੇਰੇ ਵੱਲੋਂ ਜੀ ਇਹੀ ਮੈਸੇਜ ਹੈਗਾ ਕਿ ਜਿਹੜੀ ਫੋਰਸ ਅਸੀਂ ਪੂਰੀ ਤਰ੍ਹਾਂ ਐਕਟਿਵ ਕਰਕੇ ਔਨ ਗਰਾਊਂਡ ਜਿਹੜੇ ਤੁਹਾਨੂੰ ਫੋਰਸ ਹੈ ਉਹ ਵੱਧ ਦਿਖੇਗੀ, PCRs ਵਗੈਰਾ ਵੀ ਜਿਹੜੇ ਸਾਡੀਆਂ ਹੋਰ ਅਸੀਂ ਪੈਟਰੋਲਿੰਗ ਹੈ ਉਹ ਐਕਟਿਵ ਕਰਾਂਗੇ, ਅਤੇ ਨਾਲ ਦੀ ਨਾਲ ਤਾਂ ਕਿ ਇਹ ਕ੍ਰਾਈਮ ਨੂੰ ਡੈਟਰੈਂਸ ਪੈਦਾ ਹੋ ਸਕੇ, ਅਤੇ ਨਾਲ ਦੀ ਨਾਲ ਜਿਹੜਾ ਹੈਗਾ ਅਸੀਂ ਟਰੇਸਿੰਗ ਵੱਲ ਵੀ ਪੂਰਾ ਧਿਆਨ ਦੇਵਾਂਗੇ, ਤਾਂ ਕਿ ਜਿਹੜੇ ਲੋਕ ਇਸ ਤਰ੍ਹਾਂ ਦਾ ਕ੍ਰਾਈਮ ਕਰ ਰਹੇ ਹੈ ਉਹਨਾਂ ਨੂੰ ਅਸੀਂ ਜਲਦੀ ਤੋਂ ਜਲਦੀ ਫੜ ਕੇ ਸਲਾਖਾਂ ਪਿੱਛੇ ਪਹੁੰਚਾ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਵਾਈਏ।